औज़ु बिल्लाहि मिनश शैतानिर रजीम, बिस्मिल्लाहिर रहमानिर रहीम। अस्सलामु अलैकुम दोस्तों, आप देख रहे हैं एतमाद टीवी और मैं हूं आपका दोस्त मंजूर अहमद। दोस्तों की खिदमत में हाजिर हो रहे हैं भाई जफर अली भाई का नाम है, रहायश इन्हां दी चक नंबर 404 गफ बे चनार शुगर मिल चौक, चनार शुगर मिल तांदला वाला तहसील है जिला फैसलाबाद है। चनार शुगर मिल चौक को तकरीबन को 2-3 मुरबिया के नाल ही इन्हों का डेरा जिसे जानवरों की वीडियो दिखाई दी है। माशाल्लाह हर हफ्ते वीडियो लगती है इन्हों की। अज जुमेरात का दिन है, तारीख 16/6 महीना जून 2022। भाई जफर की वीडियो लगा रहे, माशाल्लाह पिछली वीडियो लगे थी उस जानवर दिखाए ना जिते जिते सेल हो, अल्लाह पाक उन्हें दोस्तों ने नसीब करे। बाकी आज जानवर है चार जफर चार मझा हैं, बाकी इंशाल्लाह डिटेल जानवरों के नाल ही दसने दोस्तों। उस तो पहले दोस्तों अपने चैनल को करना सबसक्राइब, दोस्तों के नाल वीडियो शेयर करना, लाइक करना और माशाल्लाह का कमेंट भी जरूर करना। नंबर है मेरा 0341484596, व्हाट्सएप चलो का नंबर है भाई जफर, अपना नंबर दस दें बाकी इंशाल्लाह जानवर। 0345-72-77-404 ये व्हाट्सएप का नंबर है, 0347-025-31-56 जी। पहले नंबर तो जानवर दिखा रहे हैं जी जफर भाई। मंजूर भाई लैन देन किस्मत बरा दी गल्ला ना जी, जिंदगी मौत मेरे रब कोल है। बिल्कुल जी, केड़े मोड़ ते मुक जावनी जी, बाकी लेकर देने सजना नु तोहफे ना। सही हो गया जी, की जोटी आली भाई मंजूर 22 तारीख नु माज दे पूरे होमने 10 महीने। माशाल्लाह जी, आज 16 तारीख है जी, 8 दिन पहन ता अपना दिन पूरे होने चो। हां दिन पूरे होने चो, 5-6 दे माज दे दिन पूरे होने चो पहन भाई मंजूर। 16 ते 4 वीत दो, आ 6 दिन सॉरी। बाकी ना जी, आ ढाका पराठा है कदी मुलाकात भी वेंदे पर दुनिया। सही हो गया जी, ते दूजा वारा सोना है, दूजा वारा सोना है जी, ते दिन अल्लाह खैर करे हफ्ते तो इंशाल्लाह उत्ते दिन लै जासी। बाकी गर्मी दे मौसम है, 2-4 दिन दा वादा घट हो सकता है, कोई नहीं आख्या जा सकता। ते पहले सुबह दा की कोई दूध दा रिकॉर्ड काढे दा है जी, जोटी हो के ना जी 15 to 16 liter ਕਿਸਮ ਦੇ ਕੋਈ ਗਿਲਤੀ ਮਰੋੜੀ ਨਾ ਭਾਈ ਨਾ। ਇਹ ਦੇਖ ਸਹੀ ਹੋ ਗਿਆ ਮਾਸ਼ਾਅੱਲਾ ਜੀ, ਬੰਦੇ ਅੰਦਰ ਗਿੱਠਾ ਨਾ ਮੈਨੂੰ ਲਾਵਨ ਵਿਸ਼ਾਕ ਦੇ ਠੀਕ ਹੈ, ਬਾਕੀ ਬਰੀਕ ਚਮੜੀ ਦੀ ਯਾਰ ਬਿਲਕੁਲ ਵਿਰਲਾਂ ਦੇ ਵਿੱਚ, ਤੇ ਦੂਜਾ ਵਾਰਾ ਸੋਣਾ ਅੱਲਾ ਮੇਰੇ ਦੇ ਹੁਕਮ ਨਾਲ ਨਸਲ ਜ਼ਾਤ ਵਾਲੀ ਤੇ ਦੁੱਧ ਦੇਵਣ ਵਾਲੀ ਝੋਟੀ ਹੈ। ਚੰਗਾ ਨਾ ਮੇਰੇ ਸੋਹਣੇ ਰੱਬ ਦਾ ਜੀ, ਨਾਲ ਖਬੀਆਂ ਸਿੰਘੀਆਂ ਇਹ ਹਮੇਸ਼ਾ ਦੇ ਤੌਰ ਤੇ ਜਿਹੜੀ ਵੇਖ ਸੋਣਾ ਖਬੀਆਂ ਸਿੰਘੀਆਂ ਵਾਲੀ ਮੱਝ ਜੀ, ਉਹ ਅਲਹਮਦੁਲਿਲਾ ਦੁੱਧ ਵੀ ਚੰਗਾ ਦਿੰਦੀ ਤੇ ਲਿਬਾਸ ਹੀ ਬੜਾ ਬਣਾ। ਸਹੀ ਹੋ ਗਿਆ ਜੀ, ਚਲੋ ਅੱਲਾ ਪਾਕ ਖੈਰ ਕਰੇ, ਬੋਲੋ ਕੀਮਤ ਜੀ ਇਹਦੇ। ਕੀਮਤ ਮਾ ਤਾਂ ਨਾ ਭਾਈ ਮਨਜ਼ੂਰ ਜੋੜੇ ਦੀ ਨਾ ਕਰ ਲਈ, ਜਿਵੇਂ ਤੁਹਾਨੂੰ ਬਈ ਬਿਹਤਰ ਲੱਗਦਾ ਇਹਨੇ ਇਹਦੀ, ਮੈਂ ਨਾ ਇਕੱਲੀ ਕਾਰ ਛੱਡੋ ਇਹਦੀ, ਇਕੱਲੀ ਕਾਰ ਛੱਡੋ ਤਾਂ ਜ਼ਿਆਦਾ ਬਿਹਤਰ ਹੈ ਜੀ। ਇਹਦੀ ਕੀਮਤ ਭਾਈ ਮਨਜ਼ੂਰ ਜੀ, ਅੱਜ ਮੇਰੀ 4 ਕਾਪੀਆਂ ਦੀ ਜੀ, ਪਰ ਜਿਹੜੀ ਲੈ ਲੈਣੀ 3,20,000 ਰੁਪਈਆ। ਮਾਸ਼ਾਅੱਲਾ ਜੀ, ਜਾਨਵਰ ਦੇ ਹਿਸਾਬ ਨਾਲ ਤਾਂ ਬਿਲਕੁਲ ਝੋਟੀ ਦੇ, ਕੋਈ ਨਹੀਂ ਮੁੱਲ ਐਵੇਂ ਬੰਦਾ ਆ ਕੇ ਦੇਖ ਕੇ ਨਾ ਮੈਨੂੰ ਪੁੱਠੇ ਵੇਖ, ਢਾਕਾ ਪਰਾਠਾ ਮੈਨੂੰ ਵੇਖ ਜੀ, ਬਾਕੀ ਮੈਨੂੰ ਬਰੀਕ ਲਿਬਾਸ ਚੰਗਾ ਨਹੀਂ, ਮਾਸ਼ਾਅੱਲਾ ਸੋਹਣਾ ਲਿਬਾਸ ਹੈ, ਸੁਥਣ ਸੋਹਣਾ ਯਾਰ, ਬਸ ਕੀ ਕੋ ਪਿਆਰ ਮੁਹੱਬਤ ਹੈ 3,20,000 ਚ, ਪੰਜ ਛੱਡ ਕੇ 3,00,000 ਤੇ ਪੰਜ, ਅੱਲਾ ਬਲਾ ਕਰੇ 200 ਤੇ ਆਪਣਾ 63 ਰੁਪਏ ਡੀਜ਼ਲ ਹੋ ਗਿਆ ਰਾਤ ਦੀ ਖਬਰ, ਜਾਂ 263 ਦਾ ਤੇਲ ਹੋ ਗਿਆ ਨਾ। ਹਾਂਜੀ 3,00,000 ਲੇਕਿਨ ਦੋਸਤਾਂ ਨੂੰ ਖਰਚਾ ਕਿਰਾਇਆ ਆਵਣ ਜਾਵਣ ਦਾ ਤੇ ਕੋ ਮਜ਼ੀਦ ਪਿਆਰ ਮੁਹੱਬਤ ਮਜ਼ੀਦ ਹੈ ਸਾਰਾ ਕੁਝ 3,10,000। ਚਲੋ ਵਕਤੀ ਤੌਰ ਆਇਆ ਦੋਸਤਾਂ ਦੇ ਨਾਲ, ਕਦੀ ਦੇ ਜਾਓ ਜਸਿਆ ਜੀ ਅੱਗੇ ਦੂਜੇ ਨੰਬਰ ਤੇ ਜੋਟੀ ਜੀ, ਦੱਸੋ ਜੀ ਆਪਣਾ ਇਹਦੀ ਡਿਟੇਲ, ਸੂਈ ਸੂਣ ਵਾਲੇ ਸੂਈ ਬਾ ਮਨਜ਼ੂਰ ਜੀ। ਅੱਛਾ ਬਿਰਾਵਾਂ ਨੂੰ ਗੱਲਾਂ ਪਹਿਲੇ ਬੰਦਾ ਖੋਲ ਕੇ ਕਰ ਲਵੇ ਠੀਕ ਹੈ, ਜੋਟੀ ਜਿੰਨਾ ਬੰਦਿਆਂ ਕੋਲ ਬਾਈ ਮਨਜ਼ੂਰ ਮੈਂ ਲਈ ਆਈ ਨਾ, ਹਾਂਜੀ ਉਹਨਾਂ ਬੰਦਿਆਂ ਕੋਲ ਮਾਜ ਰਾਤ ਨੂੰ ਸੂਪ ਹੀ ਉਹ ਬੰਦੇ ਸੁੱਤੇ ਰਹਿ ਗਏ ਠੀਕ ਹੈ, ਲਾਮੇ ਲਗਾ ਵਤਿਆ ਅੱਛਾ, ਜੋਟੀ ਬੱਚੇ ਤੋਂ ਪਹਿਲਾਂ ਜੋਟੀ ਭੁੱਲ ਗਈ, ਬੱਚੇ ਤੋਂ ਉੱਟ ਕੀ ਹੋਈ ਹੈ ਜੀ, ਚਲੋ ਬਿਹਤਰ ਹੋ ਗਿਆ, ਚੰਗੀ ਗੱਲ ਹੈ, ਜਿਹੜੇ ਪਹਿਲੇ ਦੱਸੀ ਉਹ ਠੀਕ ਹੁੰਦਾ ਹੈ ਜੀ, ਪਹਿਲੇ ਜੋਟੀ ਆ
ਛੇਵਾਂ ਤੋਂ ਸੱਤਵਾਂ ਦੇ ਠੀਕ ਹੈ ਪਿਸ਼ਾਕ ਦੀ 11 ਤੋਂ 12 ਕਿਲੋ ਦੋ ਤਾਂ ਤੇ ਉਹਨਾਂ ਕਿਵੇਂ ਮਰਚਵਾਈ ਕਰਦੇ ਇਹਨਾਂ ਚੋਪਾ ਠੀਕ ਹੈ ਤਾਂ ਚਲੇ ਵਿੰਦਾ ਅੱਗ 12 ਤੇ 60 ਅੱਛਾ ਪੈਰ ਹੀ ਨਹੀਂ ਚਾਵਣ ਸਹੀ ਹੋ ਗਿਆ ਜੀ ਦੋਵਾਂ ਟਾਈਮ ਖੇ ਚੱਲ ਕਰੀਏ ਤਾਂ ਆ ਤਾਂ ਜਾਸੀ ਬੱਚੇ ਤੇ ਜੀ ਲੇਕਿਨ ਇਸ ਵਾਸਤੇ ਬਾੜੇ ਤੇਲ ਜਾਣਾ 10 ਤੋਂ 11 ਕਿਲੋ ਦੁੱਧ ਹੈ ਜੀ ਦੋਵਾਂ ਟਾਈਮਾਂ ਦਾ ਚਵਾਈ ਕਰਵਾ ਕੇ ਥਣਾ ਛਣਾ ਦੀ ਸਾਫ਼ ਹੈ ਬੱਚਾ ਹੈ ਥੱਲੇ ਕੀ ਕੱਟਾ ਥੱਲੇ ਜੀ ਕਿੰਨੇ ਕੁ ਦਿਨਾਂ ਦੀ ਸੋਈ ਹੈ ਇਹਨੂੰ ਤਕਰੀਬਨ 6 ਤੋਂ 7 ਦਿਨ ਹੋ ਗਏ ਸਹੀ ਹੋ ਗਿਆ ਕਿ ਬੋਲੋ ਜੀ ਇਹਦੀ ਕੀਮਤ ਇਹਦੀ ਕੀਮਤ ਜੀ ਪੱਕੀਆਂ ਪੱਕੀਆਂ ਗੱਲਾਂ ਪੱਕੀ ਗੱਲ ਕਰਨੀ 2 ਲੱਖ ਰੁਪਏ ਆਪਾਂ ਫਾਈਨਲ ਆਪਾਂ ਮੋਲ ਨਹੀਂ ਕਰਨੇ ਮਾਸ਼ਾਅੱਲਾ ਪਹਿਲਨ ਜੋਟੀ ਮਗਰ ਕੱਟਾ 10 ਤੋਂ 11 ਕਿਲੋ ਦੁੱਧ ਬੋਲਾ ਹੋਇਆ ਅਜੇ ਜੀ ਹਾਂ ਹਾਂ ਬਾਈ ਮਰਦਾ ਤੇ 2.5 ਲੱਖ ਚ ਜਿਹੜੀ ਪਿਆਰ ਮੁਹੱਬਤ ਕਰਕੇ ਨਾ ਗੱਲ ਕਰ ਵੀ ਇਹਨਾਂ ਦੀ ਜੋਟੀ ਦੇ ਛੜਨੀ ਹੈ ਜ਼ਫਰ ਭਾਈ ਹਾਂ ਪਿਆਰ ਮੁਹੱਬਤ ਕਰਕੇ ਕਹੀ ਗੱਲ ਬਾਈ ਮਰਦੂ ਲਾਂਦੇ ਨੇ ਕਿਸਮਾ ਇਹ ਨੂੰ ਜੋਟੀ ਨੂੰ ਵੇਖ ਕੇ ਨਾ ਚੰਗਾ ਨਾ ਮੇਰੇ ਸੋਹਣੇ ਰੱਬ ਦਾ ਚਲੋ ਦੱਸੋ ਪਿਆਰ ਮੁਹੱਬਤ ਕਰਕੇ ਕਿੰਨੇ ਦੀ ਜੋਟੀ ਛੱਡਾਂ ਨਾਲ ਤੇ ਗੱਲ ਕਰ ਸਕੋ ਮਾੜੀ ਮੋਟੀ 2,45,000 ਤੋਂ 100 ਵੀ ਨਹੀਂ ਕੱਟੂ 2,00,000 ਤੇ 45,000 ਚਲੋ ਮਜ਼ੀਦ ਆਇਆ ਦੋਸਤਾਂ ਦੇ ਨਾਲ ਹੋ ਜਾਏਗੀ ਦੀਦੀ ਵੇਖ ਫੁੱਟਬਾਲ ਬਣੀ ਵਧੀ ਅੱਲਾ ਯਾਤੀ ਕਰੋ ਦੋਕੋ ਮੈਂ ਆਖਿਆ ਮਜ਼ੀਦ ਆਇਆ ਦੋਸਤਾਂ ਦੇ ਨਾਲ ਦੀਦੀ ਜਾ ਹੋ ਜਾ ਸੀ ਵਕਤ ਇਹਦਾ ਕੱਟਾ ਕਿਦੇ ਹੋ ਵੀ ਖਾ ਲਈ ਜੀ ਕੱਟਾ ਲੈ ਆਇਆ ਆ ਜੀ ਕੱਟਾ ਮਗਰ ਹੈ ਆ ਕੱਟਾ ਮਗਰ ਬਿਲਕੁਲ ਤਾਜ਼ੀ ਮਾਸ਼ਾਅੱਲਾ ਸੋਈ ਹੋਈ ਮਾਫੀ ਦੇ ਨੇ ਭਾਈ ਆ ਯਾਰ ਮਨਜ਼ੂਰ ਆ ਤੇ ਕੱਟਾ ਕੱਟੇ ਸਿੱਧਾ ਪਿੰਦਾ ਹੈ ਚਲੋ ਅੱਲਾ ਪਾ ਖੈਰ ਕਰੇ ਆ ਜੀ ਕਿ ਤੀਸਰੇ ਨੰਬਰ ਤੇ ਹਾਂ ਇਹਦੀ ਦੱਸੋ ਜੀ ਡਿਟੇਲ ਇਹ ਭਾਈ ਮਨਜ਼ੂਰ ਵਾਲੀ ਸੋਹਣ ਵਾਲੀ ਹੈ ਅੱਛਾ ਤਕਰੀਬਨ ਮੱਝ ਡਾਂਗ ਆਪਣੇ 15 ਦਿਨ ਆਲੀ ਦਿਨ ਪੈਣ ਸੂ ਪੂਰੀ ਹੋਣ ਚ ਅੱਛਾ 15 ਦਿਨ ਜੇ ਪੈਣੇ ਤੇ ਸੂਣ ਚੋਂ ਸੂ ਪੂਰੀ ਹੋਣੇ ਚ ਤੇ ਉੱਤੇ 2-4 ਦਿਨ ਲੈ ਜਾਸੇ ਕਿੰਨਵਾ ਵਾਰਾ ਸੋਣੀ ਇਹ ਵਾਰਾ ਦੂਜੇ ਨੂੰ ਦੂਜਾ ਵਾਰਾ ਸੋਣਾ ਜੇ ਦੂਸਰਾ ਸੂਹਾ ਠੀਕ ਹੈ ਤੇ ਕੀ ਅੱਲਾ ਖੈਰ ਕਰੇ ਕੋ ਦੁੱਧ ਪਿਛਾਂ ਕੀ ਕੁਝ ਦਿੰਦੇ ਰਹੇ ਤੇ ਹੁਣ ਕੀ ਉਮੀਦ ਹੈ ਜਿਹੜਾ ਨਾ ਭਾਈ ਮਨਜ਼ੂਰ ਦੁੱਧ ਪੁੱਤਰ ਹੁੰਦਾ ਨਸੀਬ ਦਾ ਹੁੰਦਾ ਤਾਂ ਮੁਕੱਦਰ ਦਾ ਲੇਕਿਨ ਕੋ ਜਾਨਵਰ ਤੇ ਜੀ ਜੋ ਸਾਡੀ ਜੋ ਦੀ ਮਾਂ ਜਵਨ ਖੁਰਾਕ ਦੇ ਕਦੀ ਖਤਾ ਨਾ ਜਾਸੀ ਠੀਕ ਹੈ ਆਪਣੀ ਜੋ ਦੀ ਮੱਝ ਹੁੰਦੀਆਂ ਨਾ ਆਪਾਂ ਆਲਮਦਲੀ ਲੱਗੇ ਥਣਾ ਦੀ ਸਾਫ਼ ਹੈ ਜੀ ਅੱਲਾ ਦੇ ਕਾ ਵੇਖੀ ਕਿੰਨਾ ਲੱਗਦਾ ਵੇਖੀ ਵੇਖੀ ਕਿੰਨਾ ਲੱਗਦਾ ਬਿਸਮਿਲ੍ਲਾ ਕੋਈ ਨਹੀਂ ਚੁਆਪ ਅਸਮਾ ਥਾਨ ਬਿਲਕੁਲ ਯਾਰ ਕਲੀਅਰ ਹੈ ਕਲੀਅਰ ਕਲੀਅਰ ਬੋਲ ਬਈ ਕੀਮਤ ਹੈ ਦੇਵੇ ਕੀਮਤ ਇੰਦੀ ਜੀ ਇੰਦੀ ਕੀਮਤ ਬਹੁਤ ਭਲਾ ਲੈਣ 2,90,000 ਰੁਪਏ 2,90,000 ਇੱਕਾ ਫਾਈਨਲ ਜੀ ਗਰਮੀ ਹੈ ਤੇ ਗੱਲ ਕਰ ਵੀ ਇਹਨੇ ਦੀ ਦੇ ਛੜਨੀ ਹੈ 85,100 ਵੀ ਨਹੀਂ ਘਟੋਣ 2,85,000 ਰੁਪਏ ਮਜ਼ੀਦ ਆਇਆ ਦੋਸਤਾਂ ਦੇ ਨਾਲ